ਜੇਕਰ ਤੁਸੀਂ ਵੀ ਵੇਖਣਾ ਚਾਹੁੰਦੇ ਹੋ ਦੇਸ਼ ਤੇ ਦੁਨੀਆ ਦੀਆਂ ਪੰਜਾਬੀ ਖਬਰਾਂ, ਸਾਡਾ ਚੈਨਲ ਸਬਸਕ੍ਰਾਈਬ ਕਰੋ, ਨਾਲ ਹੀ ਦਬਾਓ ਪਹਿਲਾ ਆਈਕਨ। ਮੈਂ ਨਿਖਿਲ ਸ਼ਰਮਾ, ਕਾਫੀ ਤੈਨੂੰ ਮੈਂ ਪੰਜਾਬੀ ਟੀਵੀ 'ਚ ਤੁਹਾਡਾ ਸਵਾਗਤ ਕਰਦਾ। ਲੱਗਦਾ ਹੈ ਪੁਲਿਸ ਦਾ ਖੌਫ ਖਤਮ ਹੁੰਦਾ ਜਾ ਰਿਹਾ। ਇਹੀ ਵਜ੍ਹਾ ਕਿ ਤਸਕਰ ਇੱਕ ਤੋਂ ਬਾਅਦ ਇੱਕ ਪੁਲਿਸ ਨੂੰ ਨਿਸ਼ਾਨਾ ਬਣਾ ਰਹੇ, ਇੱਕ ਵਾਰ ਫਿਰ ਪੰਜਾਬ ਪੁਲਿਸ ਤਸਕਰਾਂ ਦਾ ਨਿਸ਼ਾਨਾ ਬਣੀ ਹੈ। ਇਸ ਵਾਰ ਪੰਜਾਬ ਪੁਲਿਸ 'ਤੇ ਜੋ ਹਮਲਾ ਆਇਆ ਹੋਇਆ ਹਰਿਆਣੇ ਦੇ ਵਿੱਚ, ਦਰਅਸਲ ਹਰਿਆਣੇ 'ਚ ਪੰਜਾਬ ਪੁਲਿਸ ਦੀ ਇੱਕ ਟੀਮ ਕਾਰਵਾਈ ਕਰਨ ਗਈ ਸੀ। ਬਠਿੰਡਾ ਜ਼ਿਲ੍ਹੇ ਦੀ ਪੁਲਿਸ ਉੱਥੇ ਗਈ ਸੀ ਜਿੱਥੇ ਪੁਲਿਸ ਪਾਰਟੀ ਉੱਤੇ ਹਮਲਾ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਇਸ ਦੌਰਾਨ ਗੋਲੀਆਂ ਵੀ ਚੱਲੀਆਂ, ਫਾਇਰਿੰਗ 'ਚ ਇੱਕ ਸਿਵਿਲੀਅਨ ਦੀ ਮੌਤ ਵੀ ਹੋਈ ਹੈ ਅਤੇ ਪੁਲਿਸ ਮੁਲਾਜ਼ਮਾਂ ਦੇ ਉੱਤੇ ਬੁਰੀ ਤਰ੍ਹਾਂ ਹਮਲਾ ਕੀਤਾ ਗਿਆ, ਜਿਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਬਠਿੰਡਾ ਲਿਆ ਕੇ ਪ੍ਰਾਈਵੇਟ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਇਸ ਦੌਰਾਨ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਪੁਲਿਸ ਮੁਲਾਜ਼ਮਾਂ ਦੇ ਉੱਤੇ ਹਮਲਾ ਕਰਦੇ ਪਿੰਡ ਵਾਲੇ ਦਿਖਾਈ ਦੇ ਰਹੇ ਨੇ। ਬੇਰਹਿਮੀ ਨਾਲ ਪੁਲਿਸ ਮੁਲਾਜ਼ਮਾਂ ਨੂੰ ਕੁੱਟਿਆ ਗਿਆ, ਤੁਹਾਨੂੰ ਦਿਖਾਉਂਦੇ ਹਾਂ ਉਹ ਵੀਡੀਓ। ਮੁਲਾਜ਼ਮ ਨੇ ਗੋਲੀ ਵੱਜੀ, ਉਹਨੇ ਆਪ ਹੀ ਆਪ ਮਾਰੀ, ਉਹ ਵੀ ਮੁਲਾਜ਼ਮ ਆਪ ਬਿਆਨ ਦੀ ਨਹੀਂ, ਸਾਡੇ ਬੰਦੇ ਨੇ ਆਪ ਗੋਲੀ ਮਾਰੀ ਹੈ। ਠੀਕ ਹੈ, ਪੰਜਾਬ ਪੁਲਿਸ ਵਾਲੇ ਸੀ, ਉਹਨੇ ਅੰਦਰ ਮਾਰੀ ਆ ਹਜ਼ੂਰ ਸਾਹਿਬ, ਇੱਥੇ ਅੰਦਰ ਪਿਆ ਸੀ ਆਪਣਾ ਮਹਾਰਾਜ, ਮਹਾਰਾਜ ਖਿਲਾਇਆ ਸੀ ਮੁੰਡੇ ਦੀ ਛੱਡੀ, ਉੱਥੇ ਉਹਨਾਂ ਨੇ ਬੇਅਬਦੀ ਕਰੀ, ਉਹਨਾਂ ਦੀ ਮਹਾਰਾਜ ਦੀ ਬੇਅਬਦੀ ਕਰੀ ਉਹਨਾਂ ਨੇ। ਪੰਜਾਬ ਮਹਾਰਾਜ ਲੈ ਗਏ ਦੂਜਾ ਪਿਆ ਆਪਣਾ, ਹਾਂ ਕਮੇਟੀ ਵਾਲੇ ਲੈ ਗਏ ਦੂਜਾ ਸਮਾਨ ਪਿਆ ਜਿਹੜਾ ਆਪਣਾ ਵੀ। ਉਹਦੇ ਵਿੱਚ ਦੋ ਮੁਲਾਜ਼ਮ ਦੋ ਬੰਦੇ ਉਹਨਾਂ ਨੇ ਫੜੇ ਸੀਗੇ, ਦੋਸ਼ੀ ਸੀਗੇ। ਉਹਨਾਂ ਦੀ ਪੁੱਛਗਿੱਛ ਦੇ ਵਿੱਚ ਇਹ ਆਇਆ ਸੀਗਾ ਬੰਦਾ ਸੁਜੋਧਾ ਦਾ, ਉਹ ਕੱਲ੍ਹ ਨੋਮੀਨੇਟ ਕੀਤਾ ਗਿਆ ਸੀਗਾ। ਉਹਦੀ ਇਨਫੋਰਮੇਸ਼ਨ ਸੀ ਕੱਲ੍ਹ ਕਿ ਬਾਰਡਰ 'ਤੇ ਆਇਆ ਹੋਇਆ ਹੈਗਾ ਪੰਜਾਬ ਦੇ ਡਬਲ ਦੇ ਨਾਲ, ਉੱਥੇ ਅੱਜ ਸਵੇਰੇ ਇਹਨਾਂ ਰੇਡ ਕੀਤੀ ਸੀਗੀ। ਉਹਨੂੰ ਜਦੋਂ ਫੜਨ ਲੱਗਿਆ ਤਾਂ ਉਹ ਭੱਜ ਕੇ ਅੱਗੇ ਚਲਾ ਗਿਆ, ਜਦੋਂ ਗੱਡੀ ਦੇਖੀ ਇਹਨੇ ਅਤੇ ਇਹਨਾਂ ਨੇ ਪਿੱਛਾ ਕੀਤਾ ਤਾਂ ਉਹ ਪਿੰਡ ਦੇ ਵਿੱਚ ਚਲਾ ਗਿਆ। ਅਤੇ ਉੱਥੇ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਤਾਂ ਉਹਨਾਂ ਨੂੰ ਜਿਹੜਾ ਬੰਦਾ ਸੀਗਾ ਜਿਹੜਾ ਪਹਿਲਾਂ ਫੜਿਆ ਹੋਇਆ ਸੀਗਾ ਗਗਨਦੀਪ ਨਾਲ ਲੈ ਗਿਆ ਸੀ, ਉਹਨੂੰ ਵੀ ਛਡਾ ਲਿਆ ਅਤੇ ਕੋਰਟ ਮਾਰ ਕੀਤੀ। ਜਿਹੜਾ ਸਰ ਉੱਥੇ ਜਿਹਨੂੰ ਫੜਨਾ ਸੀ ਉਹਦਾ ਕੀ ਨਾਮ ਸੀ ਅਤੇ ਘਟਨਾ ਹੋਈ ਕਿਵੇਂ? ਇਹ ਕੁਲਵਿੰਦਰ ਆ, ਉਹਦਾ ਨਾਮ ਕਾਂਤੀ ਹੈ, ਦੇਸੀ ਜੋਧਾ ਪਿੰਡ ਦਾ। ਇਹ ਜਦੋਂ ਪਿੰਡ ਦੇ ਵਿੱਚ ਗਏ ਆ, ਜਦੋਂ ਉਹ ਭੱਜ ਗਿਆ ਹੈਗਾ ਪਿੰਡ ਦੇ ਵਿੱਚ, ਤਾਂ ਉੱਥੇ ਜਦੋਂ ਪਹੁੰਚ ਗਿਆ ਤਾਂ ਪਿੰਡ ਵਾਲੇ ਰੌਲਾ ਪਾ ਕੇ ਉਹਨਾਂ ਪਿੰਡਾਂ ਨੇ ਇਕੱਠੇ ਕਰ ਲਏ। ਸਰ ਕਿੰਨੇ ਬੰਦੇ ਦੇ ਵਿੱਚ ਜ਼ਖਮੀ ਹੈ ਸਾਰੇ ਪੁਲਿਸ ਵਾਲੇ ਜਾਂ ਹੋਰ ਕੋਈ? ਸਾਡੇ ਪੁਲਿਸ ਵਾਲੇ ਸਾਰੇ ਬੰਦੇ ਸੱਟਾਂ ਲੱਗੀਆਂ। ਕਿੰਨੇ ਬੰਦੇ ਨੇ ਸਰ? ਕਿਹਦੇ ਰੇਡ ਮਾਰਨ ਤੋਂ ਪਹਿਲਾਂ ਹਰਿਆਣਾ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਗਈ ਸੀ ਜੀ ਜਾਂ ਪਿੱਛਾ ਕਰ ਰਹੇ ਸੀਗੇ? ਇਹ ਪਿੱਛਾ ਕਰ ਰਹੇ ਸੀ। ਸਰ ਕੋਈ ਡੈਥ ਵੀ ਪਿੰਡ ਦੇ ਬੰਦੇ ਦੀ ਕਿਸੇ ਸਰ ਆਪਣੇ ਕਿਸੇ ਸਰ ਸਰ ਜਿਹੜੇ ਗੋਲੀਆਂ ਜਿਹੜੇ ਹਥਿਆਰ ਹੈ ਖੋਕੇ ਚਲਾਏ ਗਏ ਜੀ? ਇੱਕ ਬੰਦੇ 'ਤੇ ਗੋਲੀ ਲੱਗੀ ਹੈਗੀ ਹੈ, ਉਹਦੀ ਹਾਲਤ ਠੀਕ ਹੈ, ਸਥਿਰ ਹੈ, ਪਰ ਅੰਡਰ ਆਬਜ਼ਰਵੇਸ਼ਨ। ਇਹ ਹੁਣ ਤਫਤੀਸ਼ ਦੇ ਵਿੱਚ ਪਤਾ ਲੱਗਿਆ। ਨਹੀਂ ਉੱਧਰੋਂ ਫਾਇਰਿੰਗ ਹੋਈ ਹੈ ਜਾਂ ਉਹਨਾਂ ਕੋਲ ਹਥਿਆਰ ਸੀ ਕੀ ਸੀ? ਸਰਸਾ ਪੁਲਿਸ ਦੇਖ ਰਹੀ ਹੈਗੀ ਹੈ। ਹਾਂਜੀ, ਕੁਝ ਪਤਾ ਸਰ ਪਿੰਡ ਦਾ ਬੰਦਾ ਕੋਈ ਜਗ੍ਹਾ ਸਿੰਘ ਦੇਖ ਨਹੀਂ? ਜਗ੍ਹਾ ਸਿੰਘ ਦੀ ਕੋਈ ਜਗ੍ਹਾ ਸਿੰਘ ਸਰਸਾ ਪੁਲਿਸ ਦੇਖ ਰਹੀ ਹੈ ਕੀ ਹੋ ਰਿਹਾ? ਸਰ ਜਿਹੜੇ ਹਥਿਆਰਾਂ ਨਾਲ ਗੋਲੀ ਚਲਾਈ ਉਹਨਾਂ ਹਥਿਆਰ ਆਪਣੇ ਸੀ ਜੀ? ਨਹੀਂ, ਜਿਹੜੇ ਸਾਡੇ ਕੋਲ ਮੁਲਾਜ਼ਮਾਂ ਦੇ ਹਥਿਆਰ ਸੀਗੇ ਸਾਡੇ ਕੋਲ ਆਪਣੇ ਸੀਗੇ, ਉਹ ਪਿੰਡ ਵਾਲਿਆਂ ਦੇ ਆਪਣੇ ਸੀਗੇ, ਉਹਨਾਂ ਨੇ ਜਿਹੜੇ ਚਲਾਏ ਹੈਗੇ। ਨਹੀਂ, ਦੋਨੋਂ ਤਰਫ ਇਹ ਹੁਣ ਸਰਸਾ ਪੁਲਿਸ ਦੇਖ ਰਹੀ ਹੈ। ਸਰਸਾ ਪੁਲਿਸ ਇਹ ਸਰ ਇਹ ਕਿੰਨੇ ਵਜੇ ਦੀ ਘਟਨਾ ਹੈਗੀ ਅਤੇ ਪੁਲਿਸ ਕਿੰਨੇ ਵਜੇ ਕਿੰਨੇ ਬੰਦੇ ਦੀ ਟੋਟਲ ਟੀਮ ਗਈ ਸੀ ਤੁਹਾਡੀ? ਇਹ ਸਾਡੀ 7 ਬੰਦੇ ਦੀ ਟੀਮ ਗਈ ਸੀ ਸਵੇਰੇ 6:30 ਸਾਢੇ ਛੇ ਵਜੇ। ਅਤੇ 7 ਬੰਦੇ ਜ਼ਖਮੀ ਹੈ ਜੀ? ਹਾਂ, 7 ਬੰਦੇ ਜ਼ਖਮੀ। ਕਿੰਨੀ ਸਰ ਕਿੰਨੀ ਗੰਭੀਰ ਅੱਗੇ ਕਿਸ ਤਰ੍ਹਾਂ ਦੀ ਕਾਰਵਾਈ ਚੱਲੇਗੀ ਜੀ? ਕਾਰਵਾਈ ਅਸੀਂ ਜੋ ਇੰਸੀਡੈਂਟ ਹੋਇਆ ਉਹਦਾ ਅਸੀਂ ਕੇਸ ਰਜਿਸਟਰ ਕਰਵਾ ਰਹੇ ਹੈਗੇ ਹਾਂ। ਸਰ ਕੇਸ ਰਜਿਸਟਰ ਕਿਹਦੇ ਖਿਲਾਫ਼ ਹੋ ਰਿਹਾ ਸਰ? ਇਹ ਜਿਹੜਾ ਹੋ ਰਿਹਾ ਜਿਹੜੇ ਪਿੰਡਾਂ ਦੇ ਹੈਗੇ ਜਿਹਨਾਂ ਨੇ ਕੁੱਟਮਾਰ ਕੀਤੀ, ਹਰਿਆਣਾ 'ਚ ਰਜਿਸਟਰ ਹੋਏਗਾ ਜੀ ਕੇਸ? ਹਾਂਜੀ ਹਾਂਜੀ, ਹਰਿਆਣਾ 'ਚ। ਨਹੀਂ, ਜਿਹੜਾ ਨਸ਼ਾ ਤਸਕਰ ਗ੍ਰਿਫਤਾਰ ਕੀਤਾ ਗਿਆ ਸੀ ਉਹਨੇ ਕੀ ਜਾਣਕਾਰੀ ਦਿੱਤੀ ਸੀ ਕਾਹਦਾ ਪਰਚਾ ਸੀ? ਉਹ ਤਾਂ ਨਸ਼ੇ ਦੇ ਸੀਗਾ, ਉਹਨੇ ਤਾਂ ਇਹੀ ਇਨਫੋਰਮੇਸ਼ਨ ਦਿੱਤੀ ਸੀ ਕਿ ਉਹਦੇ ਕੋਲੋਂ ਲੈ ਕੇ ਆਉਂਦਾ ਮਾਲ ਅਤੇ ਉਹਦੇ ਕੋਲ ਹੋਰ ਹੈਗਾ। ਕਿਹੜਾ ਮਾਲ ਜੀ? ਕੀ ਮਾਲ ਹੈਗਾ ਜੀ? ਕਿੰਨਾ ਮਾਲ? ਜਿਹੜੀਆਂ ਗੋਲੀਆਂ ਯੂਜ ਕਰਦੇ ਆ ਇਹ? ਹਾਂਜੀ, ਉਹ ਗੋਲੀਆਂ ਦੀ ਇਨਫੋਰਮੇਸ਼ਨ ਸੀ। ਅੱਛਾ ਜੀ, ਅਤੇ ਇੱਕੋ ਹੀ ਬੰਦੇ ਨੂੰ ਫੜਨ ਜਾਣਾ ਸੀ ਜਾਂ ਹੋਰ ਵੀ ਕੋਈ ਹੈਗੀ ਸੀ ਬੰਦੇ? ਇੱਕੋ ਹੀ ਬੰਦਾ ਸੀ ਜੀ। ਨਾਮ ਕੀ ਜੀ ਦਾ? ਦੱਸਿਆ ਮੈਂ, ਕੁਲਵਿੰਦਰ ਕਾਂਤੀ।